ਹੈਲੋ ਫਰੈਂਡਸ ਵੈਲਕਮ ਟੂ ਇਨ ਹਾਈ ਫਾਈ ਜੀਕੇ ਗੁਰੂ ਜੀ ਅੱਜ ਆਪਣੀ ਪੋਲਿਟੀਕਲ ਸਾਇੰਸ ਦੀ ਕਲਾਸ ਆ ਜਿਹੜੀ ਕਾਫੀ ਸਮੇਂ ਬਾਅਦ ਆ ਰਹੀ ਆ ਉਸਦੇ ਲਈ ਅਸੀਂ ਮਾਫੀ ਚਾਹੁੰਦੇ ਆ ਹੁਣ ਆਪਾਂ ਕਲਾਸ ਨੂੰ ਰੈਗੂਲਰ ਰੱਖਾਂਗੇ ਇਸ ਦੇ ਵਿੱਚ ਕੋਈ ਗੈਪ ਨਹੀਂ ਪਾਉਂਦੇ ਜੇ ਆਪਾਂ ਹੁਣ ਆਪਣੀ ਅੱਜ ਦੀ ਕਲਾਸ ਦੀ ਗੱਲ ਕਰੀਏ ਤਾਂ ਅੱਜ ਦੀ ਕਲਾਸ ਵਿੱਚ ਆਪਾਂ ਚਾਰਟਰ ਐਕਟ 1853 ਬਾਰੇ ਚਰਚਾ ਕਰਾਂਗੇ ਇਹਦੇ ਵਿੱਚ ਆਪਾਂ ਜਾਣਾਂਗੇ ਕਿ ਐਕਟ ਕਿਉਂ ਲਿਆਂਦਾ ਗਿਆ ਇਸ ਦੀਆਂ ਕੀ ਕੀ ਵਿਸ਼ੇਸ਼ਤਾਵਾਂ ਸੀ ਤੇ ਇਸ ਦੇ ਨਾਲ ਕੀ ਕੀ ਚੇਂਜਸ ਹੋਏ ਤਾਂ ਚਲੋ ਆਪਾਂ ਅੱਜ ਦੀ ਜਿਹੜੀ ਕਲਾਸ ਐਸ ਨੂੰ ਸ਼ੁਰੂ ਕਰਦੇ ਆਂ ਇਸ ਦਾ ਨਿਰਮਾਣ ਤਤਕਾਲੀ ਵਿਧਾਨ ਸਭਾ ਨੂੰ ਮਜ਼ਬੂਤ ਕਰਨ ਅਤੇ ਇਸ ਦੇ ਵਿਸਤਾਰ ਵਿੱਚ ਸਹਿਯੋਗ ਦੇਣ ਲਈ ਕੀਤਾ ਗਿਆ ਸੀ ਕੀ ਹੋਇਆ ਕਿ 1833 ਤੋਂ ਲੈ ਕੇ 1852 ਤੱਕ ਜਿਹੜੇ 20 ਸਾਲ ਸੀ ਇਹਦੇ ਵਿੱਚ ਜਿਹੜੀ ਕੰਪਨੀ ਸੀਗੀ ਈਸਟ ਇੰਡੀਆ ਕੰਪਨੀ ਉਹ ਭਾਰਤੀ ਖੇਤਾਂ ਉੱਪਰ ਆਪਣਾ ਅਧਿਕਾਰ ਤੇ ਕਬਜ਼ਾ ਕਰ ਰਹੀ ਸੀਗੀ ਜੀਤੇ ਤਹਿ ਤਿੰਨਾਂ ਨੇ ਕਿਸੇ ਸਿੰਧ ਪ੍ਰਾਂਤ ਤੇ ਵੀ ਕਬਜ਼ਾ ਕਰ ਲਿਆ ਸੀ ਇਹ 20 ਸਾਲਾਂ ਵਿੱਚ ਤੇ ਪੰਜਾਬ ਪ੍ਰਾਂਤ ਤੇ ਵੀ ਇਸ ਦੇ ਨਾਲ ਹੀ ਜਿਹੜੀਆਂ ਡਲੋਜੀ ਦੀਆਂ ਨੀਤੀਆਂ ਸੀਗੀਆਂ ਠੀਕ ਹੈ ਉਹਦੇ ਨਾਲ ਵੀ ਜਿਹੜੀ ਈਸਟ ਇੰਡੀਆ ਕੰਪਨੀ ਦਾ ਖੇਤਰ ਆ ਉਹਦੇ ਵਿੱਚ ਵੀ ਕਾਫੀ ਵਾਧਾ ਹੋਇਆ ਹੁਣ ਕੀ ਸੀ ਇਹ ਖੇਤਰਾਂ ਤੇ ਵਧੀਆ ਪ੍ਰਸ਼ਾਸਨ ਵਧੀਆ ਪ੍ਰਸ਼ਾਸਨ ਕਰਨ ਲਈ ਠੀਕ ਹੈ ਸ਼ਾਸਨ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਕੀ ਸੀ ਇਸ ਐਕਟ ਦੀ ਜ਼ਰੂਰਤ ਮਹਿਸੂਸ ਸੀ ਇਸ ਐਕਟ ਵਿੱਚ ਕੀ ਕੀਤਾ ਗਿਆ ਕਿ ਵਿਧਾਨ ਸਭਾ ਨੂੰ ਮਜ਼ਬੂਤ ਕਰਨ ਲਈ ਤੇ ਇਸ ਦੇ ਵਿਸਥਾਰ ਵਿੱਚ ਸਹਿਯੋਗ ਕਰਨ ਲਈ ਇਸ ਐਕਟ ਨੂੰ ਲਿਆਂਦਾ ਗਿਆ ਸੀ ਕਿ ਵਿਧਾਨ ਸਭਾ ਨੂੰ ਕਿਵੇਂ ਮਜ਼ਬੂਤ ਕੀਤਾ ਕਿ ਉਹ ਆਪਾਂ ਅੱਗੇ ਜਾ ਕੇ ਜਾਣਾਂਗੇ ਤੇ ਇਸ ਦੀਆਂ ਕੀ ਕੀ ਵਿਸ਼ੇਸ਼ਤਾਵਾਂ ਸੀ ਉਹ ਵੀ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਹੁਣ ਇਸ ਦੀਆਂ ਵਿਸ਼ੇਸ਼ਤਾਵਾਂ ਕਿਸ ਐਕਟ ਦੀਆਂ ਕੀ ਕੀ ਵਿਸ਼ੇਸ਼ਤਾਵਾਂ ਸੀਗੀਆਂ ਇਸ ਐਕਟ ਦੇ ਤਹਿਤ ਬੰਦੇ ਸੰਸਦ ਕਿਸੇ ਵੀ ਸਮੇਂ ਕੰਪਨੀ ਦੇ ਭਾਰਤੀ ਸ਼ਾਸਨ ਨੂੰ ਸਮਾਪਤ ਕਰ ਸਕਦੀ ਸੀ ਹਾਂਜੀ ਇਹ ਜਿਹੜਾ ਪੁਆਇੰਟ ਹੈ ਬਹੁਤ ਇੰਪੋਰਟੈਂਟ ਹੈ ਕਿ ਇਹ ਕਿਸ ਤਰੀਕੇ ਨਾਲ ਸੀ ਕਿ ਜਦੋਂ ਆਪਾਂ ਦੇਖਿਆ ਕਿ 1833 ਵਿੱਚ ਕਿ ਕੰਪਨੀ ਦੇ ਵਪਾਰ ਦਾ ਜਿਹੜਾ ਅਧਿਕਾਰ ਸੀ ਉਹਨੂੰ 20 ਸਾਲਾਂ ਲਈ ਵਧਾ ਦਿੱਤਾ ਗਿਆ। ਇਹ 1853 ਵਿੱਚ ਜਾ ਕੇ ਪੂਰੇ ਹੋਏ। ਇਸੇ ਲਈ ਜਿਹੜਾ ਐਕਟ ਹੈ 1853 ਵਿੱਚ ਆਇਆ ਤੇ ਇਸ ਦੇ ਨਾਲ ਹੀ ਆਪਾਂ ਗੱਲ ਕਰੀਏ ਕਿ ਇਹਦੇ ਨਾਲ ਕੀ ਸੀ ਕਿ ਅੱਗੇ ਹਰੇਕ ਜਦੋਂ ਐਕਟ ਆਉਂਦਾ ਸੀ ਉਹਦੇ ਵਿੱਚ ਕੰਪਨੀ ਦਾ ਜਿਹੜਾ ਕਹਦੀ ਹੈ ਵਪਾਰ ਦੇ ਅਧਿਕਾਰ ਨੂੰ ਵਧਾਇਆ ਜਾਂਦਾ ਸੀ। ਇਸ ਐਕਟ ਦੇ ਨਾਲ ਕੰਪਨੀ ਦੇ ਅਧਿਕਾਰ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਸੀ। ਹੁਣ ਉਹ ਜਿਹੜੀ ਇਸਟ ਇੰਡੀਆ ਕੰਪਨੀ ਐ ਕੀ ਦੇ ਵਿਸ਼ਵਾਸ ਦੇ ਤਹਿਤ ਭਾਰਤ ਵਿੱਚ ਸ਼ਾਸਨ ਕਰ ਰਹੀ ਸੀ ਜਾਂ ਕਹਿ ਲਈਏ ਵਪਾਰ ਕਰ ਰਹੀ ਸੀ ਉਹ ਸੀਗੀ ਬ੍ਰਿਟਿਸ਼ ਸੰਸਦ ਕਹਿ ਦੀ ਜਾਂ ਬ੍ਰਿਟੇਨ ਦਾ ਜਿਹੜਾ ਕਰਾਉਨ ਹੈ ਉਹਦੇ ਅੰਡਰ ਹੀ ਹੁਣ ਉਹਦੇ ਵਿਸ਼ਵਾਸ ਦੇ ਤਹਿਤ ਹੀ ਭਾਰਤ ਵਿੱਚ ਸ਼ਾਸਨ ਕਰ ਰਹੀ ਸੀਗੀ ਹੁਣ ਆਪਾਂ ਇਹਨੂੰ ਸ਼ੁਰੂ ਤੋਂ ਜਾਣਦੇ ਹਾਂ ਕਿ ਇਹ ਜਿਹੜੇ ਅਧਿਕਾਰ ਐ ਇਹ ਕਿਵੇਂ ਕਿੱਥੋਂ ਸ਼ੁਰੂ ਹੋਏ ਉਹਦੇ ਲਈ ਦੇਖਦੇ ਆਪਾਂ 1600 ਕਿ 1600 ਦਾ ਕੀ ਮਤਲਬ ਐ ਆਪਾਂ ਨੂੰ ਪਤਾ ਹੈ ਕਿ ਜਿਹੜੀ ਈਸਟ ਇੰਡੀਆ ਕੰਪਨੀ ਹੈ ਉਹਦੀ ਸਥਾਪਨਾ 1600 ਈਸਵੀ ਵਿੱਚ ਹੋਈ ਸੀਗੀ ਤੇ ਉਸ ਦੇ ਨਾਲ ਹੀ ਜਿਹੜੀ ਬ੍ਰਿਟੇਨ ਦੀ ਮਹਾਰਾਣੀ ਸੀਗੀ ਅਲੀਜ਼ਾਬੇਥ 1 ਉਹਨੇ ਕੀ ਸੀ ਈਸਟ ਇੰਡੀਆ ਕੰਪਨੀ ਨੂੰ ਦੱਖਣੀ ਪੂਰਬੀ ਏਸ਼ੀਆ ਵਿੱਚ ਵਪਾਰ ਕਰਨ ਲਈ 15 ਸਾਲਾਂ ਦਾ ਵਪਾਰ ਦਾ ਇਕਾਧਿਕਾਰ ਦਿੱਤਾ ਸੀ ਉਸ ਤੋਂ ਬਾਅਦ ਕੀ ਸੀ 9 ਸਾਲਾਂ ਬਾਅਦ ਕੰਪਨੀ ਨੂੰ ਇੱਕ ਹੋਰ ਅਧਿਕਾਰ ਪੱਤਰ ਦਿੱਤਾ ਗਿਆ ਜਿਦੇ ਵਿੱਚ ਜਿਹੜਾ ਕੰਪਨੀ ਦੇ ਵਪਾਰ ਦਾ ਇਕਾਧਿਕਾਰ ਨੂੰ ਐ ਨਿਸ਼ਚਿਤ ਸਮੇਂ ਲਈ ਵਧਾ ਦਿੱਤਾ ਗਿਆ ਫਿਰ ਆਪਾਂ ਦੇਖਿਆ ਕਿ 1773 ਵਿੱਚ ਕੀ ਆਇਆ ਸੀ ਰੈਗੂਲੇਟਿੰਗ ਐਕਟ ਆਇਆ ਸੀ ਇਹਦੇ ਵਿੱਚ ਵੀ ਕਹਿ ਦਿਆਂ ਆਪਾਂ ਬਹੁਤ ਗੱਲਾਂ ਦੀ ਚੇਂਜਸ ਹੋਈ ਸੀ ਠੀਕ ਹੈ ਨਵੇਂ-ਨਵੇਂ ਕਾਨੂੰਨ ਲਿਆਂਦੇ ਗਏ ਸੀ ਇਹਦੇ ਤਹਿਤ ਹੀ ਜਿਹੜੀ ਈਸਟ ਇੰਡੀਆ ਕੰਪਨੀ ਦੇ ਵਪਾਰ ਦਾ ਇਕਾਧਿਕਾਰ ਆਇਆ ਇਸ ਨੂੰ 20 ਸਾਲਾਂ ਲਈ ਵਧਾ ਦਿੱਤਾ ਗਿਆ ਸੀ ਫਿਰ ਇਹ 20 ਸਾਲ ਕਦੋਂ ਪੂਰੇ ਹੋਏ 1793 ਵਿੱਚ ਇੱਥੇ ਵੀ ਜਿਹੜਾ ਕੰਪਨੀ ਦੇ ਵਪਾਰ ਦਾ ਇਕਾਧਿਕਾਰ ਉਹ ਬਣਿਆ ਰਿਹਾ ਸੀ ਫਿਰ 1793 ਵਿੱਚ ਜਦੋਂ ਇਹਦੇ ਕੰਪਨੀ ਦੇ ਵੀ ਇਸਟ ਇੰਡੀਆ ਕੰਪਨੀ ਦੇ ਵਪਾਰ ਦੇ ਇਕਾਧਿਕਾਰ ਦੇ 20 ਸਾਲ ਪੂਰੇ ਹੋਏ ਤਾਂ ਫਿਰ ਕੀ ਸੀ ਇੱਕ ਹੋਰ ਨਵਾਂ ਐਕਟ ਆਇਆ 1793 ਵਿੱਚ ਜਿਹਦੇ ਨਾਲ ਕੀ ਸੀ ਕੰਪਨੀ ਦੇ ਵਪਾਰ ਦੇ ਇਕਾਧਿਕਾਰਾਂ ਨੂੰ ਫੇਰ 20 ਸਾਲਾਂ ਲਈ ਵਧਾ ਦਿੱਤਾ ਗਿਆ ਇਹ 20 ਸਾਲ ਫਿਰ ਕਦੋਂ ਪੂਰੇ ਹੋਏ ਸੀ 1813 ਵਿੱਚ 1813 ਵਿੱਚ ਆਪਾਂ ਨੂੰ ਪਤਾ ਹੈ ਕਿ ਚਟਰ ਐਕਟ ਆਇਆ ਸੀ ਤੇ ਇਸ ਦੇ ਨਾਲ ਕੀ ਸੀ ਜਿਹੜਾ 1813 ਦਾ ਐਕਟ ਆਇਆ ਸੀ ਉਦੇ ਵਿੱਚ ਕੀ ਸੀ ਹੁਣ ਕੰਪਨੀ ਦੇ ਚਾਹ ਦੇ ਤੇ ਚੀਨ ਦੇ ਵਪਾਰ ਦੇ ਇੱਕ ਅਧਿਕਾਰ ਨੂੰ ਛੱਡ ਕੇ ਹੋਰ ਸਾਰੇ ਤਰ੍ਹਾਂ ਦੇ ਇੱਕ ਅਧਿਕਾਰ ਨੂੰ ਸਮਾਪਤ ਕਰ ਦਿੱਤਾ ਗਿਆ ਸੀ ਤੇ ਕੰਪਨੀ ਦਾ ਅਧਿਕਾਰ ਨੂੰ 20 ਸਾਲਾਂ ਲਈ ਵਧਾ ਦਿੱਤਾ ਗਿਆ ਸੀ ਫਿਰ ਇਹ ਜਿਹੜੇ 20 ਸਾਲ ਆ ਫਿਰ ਕਦੋਂ ਪੂਰੇ ਹੋਏ ਸੀਗੇ 1833 ਵਿੱਚ ਫਿਰ ਜਦੋਂ 1833 ਵਿੱਚ ਦੇ 20 ਸਾਲ ਪੂਰੇ ਹੋਏ ਵਪਾਰ ਦੇ ਅਧਿਕਾਰ ਦੇ ਤਾਂ ਇੱਕ ਹੋਰ ਨਵਾਂ ਐਕਟ ਆਇਆ 1833 ਵਿੱਚ ਇਸ ਐਕਟ ਦੇ ਨਾਲ ਕੀ ਸੀ ਇਸ ਐਕਟ ਦੇ ਵਿੱਚ ਕਿਹਾ ਗਿਆ ਕਿ ਕੰਪਨੀ ਦੇ ਸਾਰੇ ਤਰ੍ਹਾਂ ਦੇ ਵਪਾਰ ਦੇ ਇਕਾਧਿਕਾਰ ਸਮਾਪਤ ਕਰ ਦਿੱਤੇ ਗਏ ਸੀ ਠੀਕ ਹੈ ਚਾਹ ਦਾ ਤੇ ਚੀਨ ਦਾ ਵਪਾਰ ਦੇ ਇਕਾਧਿਕਾਰ ਉਹ ਵੀ 1833 ਵਿੱਚ ਖਤਮ ਕਰਤਾ ਗਿਆ ਸੀ ਹੁਣ ਇਸ ਐਕਟ ਨਾਲ ਕੀ ਸੀ ਕੰਪਨੀ ਦੇ ਹਰ ਤਰ੍ਹਾਂ ਦੇ ਵਪਾਰ ਦੇ ਇਕਾਧਿਕਾਰ ਖਤਮ ਕਰ ਦਿੱਤੇ ਗਏ ਸੀ ਕੰਪਨੀ ਨੂੰ ਸਿਰਫ 20 ਸਾਲਾਂ ਲਈ ਵਪਾਰ ਕਰਨ ਦਾ ਅਧਿਕਾਰ ਦੇ ਦਿੱਤਾ ਗਿਆ ਸੀ ਇਹ 20 ਸਾਲਾਂ ਦਾ ਜਿਹੜਾ ਵਪਾਰ ਦਾ ਇਕਾਧਿ ਸੌਰੀ ਇਕਾਧਿਕਾਰ ਨਹੀਂ ਇਸ ਵਾਰ ਅਧਿਕਾਰ ਹੀ ਦਿੱਤਾ ਗਿਆ ਸੀ ਇਹ ਪੂਰਾ ਹੋਇਆ 1853 ਵਿੱਚ ਪਰ ਹੁਣ ਕੀ ਜਦੋਂ 1853 ਵਿੱਚ ਕੰਪਨੀ ਦੇ ਵਪਾਰ ਦਾ ਅਧਿਕਾਰ ਜਿਹੜਾ ਉਹ ਖਤਮ ਹੋ ਗਿਆ ਤਾਂ 1853 ਦੇ ਐਕਟ ਵਿੱਚ ਕਿਸ ਦੇ ਅਧਿਕਾਰ ਨੂੰ ਲੈ ਕੇ ਵਪਾਰ ਦੇ ਅਧਿਕਾਰ ਨੂੰ ਲੈ ਕੇ ਕੋਈ ਗੱਲ ਨਹੀਂ ਕੀਤੀ ਗਈ ਕਿ ਹੁਣ ਜਿਹੜੀ ਈਸਟ ਇੰਡੀਆ ਕੰਪਨੀ ਹੈ ਭਾਰਤ ਵਿੱਚ ਕਹਦੀ ਆਪਾਂ ਸ਼ਾਸਨ ਕਰ ਰਹੀ ਸੀ ਜਾਂ ਵਪਾਰ ਕਰ ਰਹੀ ਸੀ ਤਾਂ ਉਹ ਬਰਟਨ ਕਰਾਉਨ ਦੇ ਵਿਸ਼ਵਾਸ ਦਿੱਤਾ ਤੇ ਕਰ ਰਹੀ ਸੀ ਕਿ ਹੁਣ ਜਦੋਂ ਬ੍ਰਿਟੇਸ਼ ਸੰਸਦ ਚਾਵੇ ਜਾਂ ਬ੍ਰਿਟੇਨ ਦਾ ਜਿਹੜਾ ਕਰਾਉਨ ਜਦੋਂ ਵੀ ਜਾਵੇ ਉਸ ਇਸਟ ਇੰਡੀਆ ਕੰਪਨੀ ਦੇ ਸ਼ਾਸਨ ਨੂੰ ਹੁਣ ਸਮਾਪਤ ਕਰ ਸਕਦਾ ਸੀਗਾ। ਉਮੀਦ ਕਰਦਾ ਤੁਹਾਨੂੰ ਸਮਝ ਆਇਆ ਹੋਊਗਾ। ਅੱਗੇ ਹੈ ਇਸ ਐਕਟ ਨੇ ਕੰਪਨੀ ਦੇ ਪ੍ਰਸ਼ਾਸਨ ਚ ਸੁਧਾਰ ਕਰਨ ਵਿੱਚ ਐਮ ਭੂਮਿਕਾ ਨਿਭਾਈ। ਹਾਂਜੀ ਜਿਹੜਾ ਐਕਟ ਹੈ ਇਹਦੇ ਨਾਲ ਕੀ ਸੀ ਆਪਾਂ ਦੇਖਿਆ ਹੈ ਕਿ ਜਿਹੜੀ ਇਸਟ ਇੰਡੀਆ ਕੰਪਨੀ ਹੈ ਉਹਨਾਂ ਨੇ ਅਧਿਕਾਰ ਖੇਤ ਜਿਹੜੇ ਕਹਦੀ ਆਪਾਂ ਭਾਰਤੀ ਖੇਤਰਾ ਉੱਪਰ ਕਾਫੀ ਕਬਜ਼ਾ ਕਰ ਲਿਆ ਸੀ ਠੀਕ ਹੈ ਤੇ ਉਸ ਦੇ ਵਿੱਚ ਹੁਣ ਕੀ ਸੀ ਜਿਹੜਾ ਖੇਤਰਾੰਪਰ ਪ੍ਰਸ਼ਾਸਨ ਕਰਨ ਲਈ ਕੀ ਸੀ ਉਹ ਪ੍ਰਸ਼ਾਸਨ ਵਿੱਚ ਸੁਧਾਰ ਦੀ ਜ਼ਰੂਰਤ ਮਹਿਸੂਸ ਹੋਈ ਕਿ ਹੁਣ ਕਹਿਦੀ ਹੁਣ ਤਿੰਨ ਫਿਰ ਕਹਦੀ ਗਵਰਨਰ ਜਨਤਿ ਉਹਦੀ ਕਾਉਂਸਲ ਹੈ ਕਿ ਇਹਨੇ ਖੇਤਰਾ ਨੂੰ ਸਾਂਭ ਨਹੀਂ ਸਕਦੀ ਸੀਗੀ ਉਸ ਨੂੰ ਕੀ ਸੀ ਵਧੀਆ ਢੰਗ ਨਾਲ ਮੈਨੇਜ ਕਰਨ ਲਈ ਪ੍ਰਸ਼ਾਸਨ ਚ ਸੁਧਾਰ ਦੀ ਜ਼ਰੂਰਤ ਸੀਗੀ ਜਿਹੜੀ ਇਸ ਐਕਟ ਨੇ ਉਹਦੇ ਵਿੱਚ ਕੀ ਸੀ ਐਮ ਭੂਮਿਕਾ ਨਿਵਾਈ ਸੀਗੀ ਪ੍ਰਸ਼ਾਸਨਿਕ ਕੰਮਾਂ ਤੇ ਵਿਧਾਨਿਕ ਕੰਮਾਂ ਨੂੰ ਵੱਖ ਕਰਨ ਦੀ ਵਿਵਸਥਾ ਕੀਤੀ ਗਈ ਸੀ ਹਾਂਜੀ ਸਭ ਤੋਂ ਮਹੱਤਵਪੂਰਨ ਪੁਆਇੰਟ ਹੈ ਇਹ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ ਕਿ ਕਦੋਂ ਈਸਟ ਇੰਡੀਆ ਕੰਪਨੀ ਦੇ ਪ੍ਰਸ਼ਾਸਨਿਕ ਅਤੇ ਵਿਧਾਨਿਕ ਕੰਮਾਂ ਨੂੰ ਵਾਕ ਕੀਤਾ ਗਿਆ ਸੀਗਾ ਉਹ ਕੀਤਾ ਗਿਆ ਸੀ 1853 ਦੇ ਚਟ ਟਰੈਕਟ ਦੇ ਨਾਲ ਪਹਿਲਾਂ ਆਪਾਂ ਗੱਲ ਕਰੀਏ ਕਿ ਪ੍ਰਸ਼ਾਸਨਿਕ ਕੰਮ ਤੇ ਜਿਹੜੇ ਵਿਧਾਨਿਕ ਕੰਮ ਸੀ ਕੌਣ ਦੇਖਦਾ ਸੀ ਗਵਰਨਰ ਜਨਰਲ ਅਤੇ ਉਸ ਦੀ ਕੌਂਸਲ ਦੇਖਦੀ ਸੀ ਅੱਗੇ ਹੈ ਕਰਮਚਾਰੀਆਂ ਦੀ ਨਿਯੁਕਤੀ ਲਈ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਵਿਵਸਥਾ ਕੀਤੀ ਗਈ ਹਾਂਜੀ ਇਸ ਤੋਂ ਪਹਿਲਾਂ ਕੀ ਸੀ ਜਿਹੜੇ ਕਰਮਚਾਰੀ ਸੀ ਉਹਨਾਂ ਦੀ ਨਿਯੁਕਤੀ ਕੌਣ ਕਰਦਾ ਸੀ ਨਿਰਦੇਸ਼ਕ ਮੰਡਲ ਦੀ ਸਪਰਸ਼ ਤੇ ਹੁੰਦੀ ਸੀਗੀ ਪਰ ਇਸ ਵਾਰ ਕੀ ਸੀ ਜਿਹੜਾ BOC ਸੀਗਾ ਬੋਰਡ ਆਫ ਕੰਟਰੋਲ ਠੀਕ ਹੈ ਉਹਦੀ ਸਪਰਸ਼ਾਂ ਤੇ ਕੀ ਸੀ ਉਹਨਾਂ ਨੇ ਕਿਹਾ ਕਿ ਜਿਹੜੀ ਕਰਮਚਾਰੀ ਹੈਗੇ ਜਿਹੜੇ ਉਹਨਾਂ ਦੀ ਜਿਹੜੀ ਨਿਯੁਕਤੀ ਹੋਣ ਕਿਦੇ ਆਧਾਰ ਤੇ ਕੀਤੀ ਜਾਊਗੀ ਪ੍ਰਤੀਯੋਗੀ ਪ੍ਰੀਖਿਆਾਂ ਦੇ ਆਧਾਰ ਤੇ ਕੀਤੀ ਜਾਊਗੀ ਉਹਦੇ ਲਈ ਪ੍ਰਤੀਯੋਗੀ ਪ੍ਰੀਖਿਆਾਂ ਦੀ ਵਿਵਸਥਾ ਕੀਤੀ ਗਈ ਸੀ ਅੱਗੇ ਹੈ ਨਿਰਦੇਸ਼ਕ ਮੰਡਲ ਜਿਹਨੂੰ ਬੋਰਡ ਆਫ ਡਾਇਰੈਕਟਰ ਵੀ ਕਹਿੰਦੇ ਆ ਕੋਰਟ ਆਫ ਡਾਇਰੈਕਟਰ ਵੀ ਕਹਿੰਦੇ ਆ ਠੀਕ ਹੈ ਇਹ ਤਿੰਨੋਂ ਇੱਕੋ ਹੀ ਨੇ ਦੇ ਮੈਂਬਰਾਂ ਦੀ ਗਿਣਤੀ 24 ਤੋਂ ਘਟਾ ਕੇ 18 ਕਰ ਦਿੱਤੀ ਗਈ ਸੀ ਹਾਂਜੀ ਇਹਨਾਂ ਨੇ ਮੈਂਬਰਾਂ ਦੀ ਗਿਣਤੀ ਕਿੰਨੀ ਕਰ ਦਿੱਤੀ ਗਈ ਸੀ 18 ਕਰ ਦਿੱਤੀ ਗਈ ਸੀ ਅੱਗੇ ਹੈ ਇਸ ਨੇ ਸਿਵਲ ਕਰਮਚਾਰੀਆਂ ਦੀ ਭਰਤੀ ਅਤੇ ਚੋਣ ਲਈ ਖੁੱਲੇ ਮੁਕਾਬਲੇ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਤੇ ਇਸ ਤਰ੍ਹਾਂ ਭਾਰਤੀ ਨਾਗਰਿਕ ਲਈ ਵਿਸ਼ੇਸ਼ ਸਿਵਲ ਸੇਵਾ ਵੀ ਖੋਲ ਦਿੱਤੀ ਗਈ ਤੇ ਇਸ ਦੇ ਲਈ 1854 ਵਿੱਚ ਮੰਕਾਲੇ ਕਮੇਟੀ ਦੀ ਨਿਯੁਕਤੀ ਇੰਡੀਅਨ ਸਿਵਲ ਸਰਵਿਸ ਦੇ ਸੰਬੰਧ ਵਿੱਚ ਕੀਤੀ ਗਈ ਸੀ ਹਾਂਜੀ ਇਹ ਵੀ ਬਹੁਤ ਮਹੱਤਵਪੂਰਨ ਪੁਆਇੰਟ ਹੈ ਤੁਸੀਂ ਚੰਗੀ ਤਰ੍ਹਾਂ ਯਾਦ ਰੱਖਣਾ ਹੈ ਕਿ ਕਦੋਂ ਭਾਰਤੀਆਂ ਲਈ ਕਹਿਦੀ ਜਾਂ ਸਿਵਲ ਸਰਵਿਸ ਲਈ ਕਿ ਖੁੱਲੀ ਪ੍ਰਤੀਯੋਗੀ ਪ੍ਰੀਖਿਆ ਦੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਸੀ 1853 ਦੇ ਐਕਟ ਨਾਲ ਇਸ ਦੇ ਨਾਲ ਹੀ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ ਕਿ ਇੰਡੀਅਨ ਸਿਵਲ ਸਰਵਿਸ ਦੇ ਸੰਬੰਧ ਵਿੱਚ ਕਿਹੜੀ ਕਮੇਟੀ ਦੀ ਨਿਯੁਕਤੀ ਕੀਤੀ ਗਈ ਮੇ ਕਾਲੇ ਕਮੇਟੀ ਦੀ ਨਿਯੁਕਤੀ ਕੀਤੀ ਗਈ ਕਦੋਂ ਕੀਤੀ ਗਈ 1854 ਵਿੱਚ ਹਾਂਜੀ ਇਹ ਸਾਰੇ ਪੁਆਇੰਟ ਤੁਸੀਂ ਜਿਹੜੇ ਚੰਗੀ ਤਰ੍ਹਾਂ ਯਾਦ ਰੱਖਣੇ ਆ ਅੱਗੇ ਹੈ ਇਸ ਨੇ ਪਹਿਲੀ ਵਾਰ ਗਵਰਨਰਲ ਜਨਰਲ ਦੀ ਪਰਿਸ਼ਦ ਛੇ ਮੈਂਬਰੀ ਦੇ ਵਿਧਾਨਕ ਅਤੇ ਪ੍ਰਸ਼ਾਸਨਿਕ ਕੰਮਾਂ ਨੂੰ ਅਲਗ ਕਰਤਾ ਗਿਆ ਕੀ ਹੋਇਆ ਕਿ ਜਿਹੜੀ ਗਵਰਨਰ ਜਨਰਲ ਦੀ ਪਰਿਸ਼ਦ ਦੇ ਮੈਂਬਰ ਸੀਗੇ ਉਹਨਾਂ ਨੂੰ ਵਿਧਾਨਕ ਤੇ ਪ੍ਰਸ਼ਾਸਨਿਕ ਕੰਮਾਂ ਨੂੰ ਅਲਗ ਕਰਤਾ ਗਿਆ ਦੇ ਵਿਧਾਨਿਕ ਕਮਾ ਲਈ ਜਿਹੜੇ 6 ਨਵੇਂ ਮੈਂਬਰ ਸੀਗੇ 6 ਮੈਂਬਰ ਸੀਗੇ ਉਹਨਾਂ ਦੇ ਨਵੇਂ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ। ਅੱਗੇ ਹੈ ਇਸ ਦੇ ਤਹਿਤ ਗਵਰਨਰ ਜਨਰਲ ਦੀ ਪਰਿਸ਼ਦ ਵਿੱਚ ਜਦੋਂ ਉਹ ਵਿਧਾਨ ਸਭਾ ਦੇ ਰੂਪ ਵਿੱਚ ਕਾਰਜਕਾਰੀ ਹੋਵੇ 6 ਨਵੇਂ ਮੈਂਬਰਾਂ ਦਾ ਵਾਅਦਾ ਕੀਤਾ ਗਿਆ ਹੈ। ਜਿਸ ਨਾਲ ਵਿਧਾਨ ਪਰਿਸ਼ਦ ਵਿੱਚ ਕੁੱਲ ਮੈਂਬਰਾਂ ਦੀ ਸੰਖਿਆ ਵਧ ਕੇ 12 ਹੋ ਗਈ। ਜਿਹੜੀ ਹੁਣ ਗਵਰਨਰ ਜਨਰਲ ਦੀ ਕੌਂਸਲ ਸੀ ਜਦੋਂ ਉਹ ਵਿਧਾਨ ਪਰਿਸ਼ਦ ਹੈ ਠੀਕ ਹੈ। ਵਿਧਾਨ ਪਰਿਸ਼ਦ ਦੇ ਰੂਪ ਵਿੱਚ ਕੰਮ ਕਰਦੀ ਜਾਂ ਕਾਨੂੰਨ ਬਣਾਉਣ ਦੇ ਰੂਪ ਵਿੱਚ ਕੰਮ ਕਰਦੀ ਸੀ ਤਾਂ ਉਹਨਾਂ ਦੇ ਮੈਂਬਰਾਂ ਦੀ ਜਿਹੜੀ ਸੰਖਿਆ ਸੀ ਉਹ 12 ਹੋ ਜਾਂਦੀ ਸੀ ਜਦੋਂ ਪ੍ਰਸ਼ਾਸਨਿਕ ਤੌਰ ਤੇ ਆਪਣੇ ਕੰਮ ਕਰਦੀ ਸੀ ਤਾਂ ਉਹਨਾਂ ਦੇ ਮੈਂਬਰਾਂ ਦੀ ਗਿਣਤੀ ਉਹ 6 ਹੁੰਦੀ ਸੀ ਅੱਗੇ ਹੈ ਕਾਰਜਕਾਰੀ ਕਮੇਟੀ ਦੇ ਕਾਨੂੰਨ ਮੈਂਬਰਾਂ ਨੂੰ ਪਰਿਸ਼ਦ ਦੇ ਪੂਰਨ ਮੈਂਬਰ ਦਾ ਦਰਜਾ ਪ੍ਰਦਾਨ ਕੀਤਾ ਗਿਆ ਜਿਹੜੇ ਹੁਣ ਵਿਧਾਨ ਪਰਿਸ਼ਦ ਦੇ 6 ਨਵੇਂ ਮੈਂਬਰ ਚੁਣੇ ਗਏ ਸੀਗੇ ਉਨ੍ਹਾਂ ਨੂੰ ਕੀ ਸੀ ਗਵਰਨਰ ਜਨਰਲ ਗਵਰਨਰ ਜਨਰਲ ਜਿਹੜੀ ਪਰਿਸ਼ਦ ਸੀਗੀ ਉਹਦਾ ਪੂਰਨ ਦਰਜਾ ਪ੍ਰਦਾਨ ਕੀਤਾ ਗਿਆ ਸੀਗਾ ਅੱਗੇ ਹੈ ਇਸ ਦੇ ਦੁਆਰਾ ਭਾਰਤੀ ਕੇਂਦਰੀ ਵਿਧਾਨ ਪਰਿਸ਼ਦ ਵਿੱਚ ਪਹਿਲੀ ਵਾਰ ਖੇਤਰੀ ਪ੍ਰਤੀਨਿਧੀ ਸਿਧਾਂਤ ਨੂੰ ਵਰਤੀਪਾਦਿਤ ਕੀਤਾ ਗਿਆ ਇਸ ਸੈਕਟਰ ਨਾਲ ਕੀ ਹੋਇਆ ਕਿ ਜਿਹੜੀ ਭਾਰਤੀ ਕੇਂਦਰੀ ਵਿਧਾਨ ਪਰਿਸ਼ਦ ਹੈ ਉਹਦੇ ਵਿੱਚ ਪਹਿਲੀ ਵਾਰ ਠੀਕ ਹੈ ਪਹਿਲੀ ਵਾਰ ਕੀ ਸੀ ਖੇਤਰੀ ਪ੍ਰਤੀਨਿਧੀ ਸਿਧਾਂਤ ਨੂੰ ਵਰਤੀਪਾਦਿਤ ਕੀਤਾ ਗਿਆ ਸੀ ਇਹ ਖੇਤਰੀ ਪ੍ਰਤੀਪਨ ਇਹ ਖੇਤਰੀ ਪ੍ਰਤੀਨਿਧੀ ਸਿਧਾਂਤ ਕੀ ਸੀਗਾ ਇਹ ਐਵੇਂ ਸੀ ਕਿ ਹੁਣ ਪਹਿਲਾਂ ਜਿਹੜੇ ਕਾਨੂੰਨ ਬਣਦੇ ਸੀਗੇ ਠੀਕ ਹੈ ਵਿਧਾਨਪਰਸ਼ ਜਿਹੜੇ ਕਾਨੂੰਨ ਬਣਾਉਂਦੀ ਸੀ ਉਹ ਕੀ ਸੀ ਗਵਰਨਰ ਜਨਰਲ ਤੇ ਉਹਦੀ ਜਿਹੜੀ ਕੌਂਸਲ ਸੀ ਉਹੀ ਕਾਨੂੰਨ ਬਣਾਉਂਦੀ ਸੀ ਪਰ ਇਸ ਵਾਰ ਕੀ ਹੋਇਆ ਕਿ ਵਿਧਾਨਪਰਸ਼ਦ ਦੀ ਜਦੋਂ ਸਥਾਪਨਾ ਕੀਤੀ ਗਈ ਉਹਦੇ ਵਿੱਚ ਜਿਹੜੇ ਮੈਂਬਰ ਸੀਗੇ ਉਹ ਹੁਣ ਕੀ ਸੀ ਪ੍ਰਾਂਤਾਂ ਵਿੱਚੋਂ ਨਿਯੁਕਤ ਹੋ ਕੇ ਆਉਣ ਲੱਗੇ ਠੀਕ ਹੈ ਉਹਨਾਂ ਨੂੰ ਉਥੋਂ ਦੀਆਂ ਸਰਕਾਰਾਂ ਕਹਿੰਦੀ ਇਹ ਜਾਂ ਗਵਰਨਰ ਉਹਨਾਂ ਨੂੰ ਭੇਜਦਾ ਸੀਗਾ ਕਿ ਹੁਣ ਅੱਗੇ ਜਿਹੜੇ ਕਾਨੂੰਨ ਬਣਾਉਂਦੇ ਸੀ ਉਹ ਬਣਾਉਂਦੇ ਸੀ ਗਵਰਨਰ ਜਨਰਲੋਂ ਤੇ ਉਹਦੀ ਕੌਂਸਲ ਉਹ ਸਾਰੇ ਹੀ ਜਿਹੜੇ ਈਸਟ ਇੰਡੀਆ ਦੇ ਅਧੀਨ ਖੇਤਰ ਹੁੰਦੇ ਸੀ ਉੱਥੇ ਲਾਗੂ ਹੁੰਦੇ ਸੀ ਪਰ ਹੁਣ ਕੀ ਸੀ ਕਾਨੂੰਨ ਬਣਾਉਣ ਵਿੱਚ ਪ੍ਰਾਂਤਾਂ ਦੇ ਜਿਹੜੇ ਮੈਂਬਰ ਸੀ ਉਹ ਵੀ ਹਿੱਸਾ ਉਹਨਾਂ ਨੂੰ ਵੀ ਮੌਕਾ ਦਿੱਤਾ ਗਿਆ ਉਹਨਾਂ ਨੂੰ ਫੀਸਾ ਲੈਣ ਦਾ ਮੌਕਾ ਦਿੱਤਾ ਗਿਆ ਸੀਗਾ ਆਪਾਂ ਅੱਗੇ ਦੇਖਦੇ ਹਾਂ ਕਿਹੜੇ-ਕਿਹੜੇ 6 ਮੈਂਬਰ ਸੀਗੇ ਬੰਗਾਲ ਦੇ ਮੁੱਖ ਜੱਜ ਕਲਕੱਤਾ ਪ੍ਰਾਂਤ ਹਾਈ ਕੋਰਟ ਦਾ ਮੁੱਖ ਜੱਜ ਬੰਗਾਲ ਪ੍ਰਾਂਤ ਦਾ ਇੱਕ ਪ੍ਰਤੀਨਿਧੀ ਮਦਰਾਸ ਪ੍ਰਾਂਤ ਦਾ ਇੱਕ ਪ੍ਰਤੀਨਿਧੀ ਬੰਬਈ ਪ੍ਰਾਂਤ ਦਾ ਇੱਕ ਪ੍ਰਤੀਨਿਧੀ ਆਗਰਾ ਪ੍ਰਾਂਤ ਦਾ ਇੱਕ ਪ੍ਰਤੀਨਿਧੀ ਹਾਂਜੀ ਜਿਹੜੇ ਪ੍ਰਤੀਨਿਧੀ ਆਏ ਉੱਥੋਂ ਦੀਆਂ ਕਹਿ ਦਈਏ ਸਰਕਾਰ ਵੱਲੋਂ ਜਾਂ ਉੱਥੋਂ ਦੇ ਜਿਹੜੇ ਗਵਰਨਰ ਵੱਲੋਂ ਭੇਜੇ ਜਾਂਦੇ ਸੀਗੇ ਠੀਕ ਹੈ ਤੇ ਇੱਕ ਸੀਗਾ ਬੰਗਾਲ ਤੇ ਕਲਕੱਤਾ ਹਾਈ ਕੋਰਟ ਦਾ ਇਹ ਸੀਗੇ ਜੱਜ ਇਹ ਜਿਹੜੇ 6 ਮੈਂਬਰ ਸੀਗੇ ਇਹ ਸਾਰੇ ਹੀ ਅੰਗਰੇਜ਼ ਸੀਗੇ ਇਹਦੇ ਵਿੱਚ ਕੋਈ ਵੀ ਭਾਰਤੀਆ ਨਹੀਂ ਸੀਗਾ ਠੀਕ ਹੈ ਭਾਰਤੀਆ ਮੈਂਬਰ ਕੋਈ ਵੀ ਨਹੀਂ ਸੀਗਾ ਇਸ ਲਈ ਇਹਦਾ ਵਿਰੋਧ ਵੀ ਕੀਤਾ ਗਿਆ ਸੀਗਾ ਪਰ ਤੁਸੀਂ ਯਾਦ ਰੱਖਣਾ ਕਿ ਪਹਿਲੀ ਵਾਰ ਖੇਤਰੀ ਪ੍ਰਤਿਨਿਧਿਤਾ ਸਿਧਾਂਤ ਨੂੰ ਕਦੋਂ ਲਾਗੂ ਕੀਤਾ ਗਿਆ 1853 ਵਿੱਚ ਪ੍ਰਤੀਪਾਦਿਤ ਕੀਤਾ ਗਿਆ ਸੀਗਾ ਅੱਗੇ ਹੈ ਸੁਧਾਰਨ ਭਾਰਤ ਦੇ ਲਈ ਇੱਕ ਅਲੱਗ ਵਿਧਾਨਪਰषद ਦੀ ਸਥਾਪਨਾ ਕੀਤੀ ਗਈ ਅਤੇ ਇਸੇ ਪਰਿਸ਼ਦ ਨੂੰ ਅੱਗੇ ਚੱਲ ਕੇ ਲਗੂ ਸੰਸਦ ਦਾ ਰੂਪ ਗ੍ਰਹਿਣ ਕਰ ਲਿਆ ਹਾਂਜੀ ਇਹ ਵੀ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ ਤੁਸੀਂ ਚੰਗੀ ਤਰ੍ਹਾਂ ਯਾਦ ਰੱਖਣਾ ਹੈ ਕਿ ਕਦੋਂ ਵਿਧਾਨਪਰषद ਦੀ ਸਥਾਪਨਾ ਕੀਤੀ ਗਈ ਇਹ ਕੀਤੀ ਗਈ ਸੀ 1853 ਦੇ ਐਕਟ ਨਾਲ ਤੇ ਅੱਗੇ ਇਹਨਾਂ ਨੇ ਕਿਹਾ ਕਿ ਇਹਨੇ ਲਘੂ ਸੰਸਦ ਦਾ ਰੂਪ ਲੈਂਦੇ ਆ ਕਿ ਲਘੂ ਸੰਸਦ ਦਾ ਕੀ ਮਤਲਬ ਹੋਇਆ ਕਿ ਜਿਹੜੀ ਲਘੂ ਸੰਸਦ ਸੀ ਇਹ ਨਾ ਜਿਹੜੇ ਆਪਾਂ ਦੇਖਿਆ ਕਿ 6 ਮੈਂਬਰ ਚੁਣੇ ਜਾਂਦੇ ਸੀਗੇ ਠੀਕ ਹੈ ਤੇ ਗਵਰਨਰ ਜਨਰਲ ਦੀ ਕੌਂਸਲ ਵਿੱਚ ਕੁੱਲ 12 ਮੈਂਬਰ ਸੀ ਪਹਿਲਾ ਕਾਨੂੰਨ ਬਣਾਉਂਦੇ ਸੀ ਜਿਹੜੇ ਗਵਰਨਰ ਜਨਰਲ ਤੇ ਉਹਦੀ ਕੌਂਸਲ ਸੀ ਹੁਣ ਜਿਹੜੇ ਕਾਨੂੰਨ ਸੀਗੇ ਇਹ ਕੀ ਸੀ ਹੁਣ ਜਿਵੇਂ ਆਪਾਂ ਗੱਲ ਕਰੀਏ ਬ੍ਰਿਟੇਨ ਵਿੱਚ ਜਿਵੇਂ ਸੰਸਦ ਸੀਗੀ ਠੀਕ ਹੈ ਉਥੇ ਕਾਨੂੰਨ ਬਣਾਉਣ ਲਈ ਜਿਵੇਂ ਉਹਨਾਂ ਮੁੱਦਿਆਂ ਤੇ ਬਹਿਸ ਕੀਤੀ ਜਾਂਦੀ ਸੀ ਚਰਚਾ ਕੀਤੀ ਜਾਂਦੀ ਸੀ ਠੀਕ ਹੈ ਉਸ ਤਰੀਕੇ ਨਾਲ ਕੀ ਸੀ ਜਿਹੜੇ ਹੁਣੇ 12 ਮੈਂਬਰ ਸੀ ਜਦੋਂ ਭਾਰਤ ਵਿੱਚ ਕੋਈ ਕਾਨੂੰਨ ਬਣਾਉਣਾ ਤਾਂ ਇਹਨਾਂ ਦੀ ਬਹਿਸ ਹੁੰਦੀ ਸੀ ਉਹ ਮੁੱਦਿਆਂ ਤੇ ਚਰਚਾ ਹੋਣ ਲੱਗੀ ਇਸੇ ਕਰਕੇ ਇਹ ਜਿਹੜੇ ਕੰਮ ਕਰਨ ਦਾ ਨਾ ਤਰੀਕਾ ਸੀ ਨਾ ਜਿਵੇਂ ਬਰਟੇਨ ਦੀ ਸੰਸਦ ਵਿੱਚ ਕੀਤਾ ਜਾਂਦਾ ਸੀ ਉਸੇ ਤਰ੍ਹਾਂ ਹੀ ਜਿਹੜੇ ਇਹ 12 ਮੈਂਬਰ ਸੀ ਉਸ ਤਰੀ ਉਸ ਤਰੀਕੇ ਨਾਲ ਹੀ ਇਹ ਕਰਦੇ ਸੀ ਇਸੇ ਲਈ ਇਸੇ ਲਈ ਇਹਨੂੰ ਕਿਹਾ ਜਾਂਦਾ ਹੈ ਕਿ ਇਸ ਨੇ ਅੱਗੇ ਜਾ ਕੇ ਲਘੂ ਸੰਸਦ ਦਾ ਰੂਪ ਗ੍ਰੈਨ ਕਰ ਲਿਆ ਇਸ ਐਕਟ ਦੁਆਰਾ ਪ੍ਰਮੁੱਖ ਸਰਕਾਰੀ ਸੇਵਾਵਾਂ ਵਿੱਚ ਨਾਮਜ਼ਦਗੀ ਦਾ ਸਿਧਾਂਤ ਸਮਾਪਤ ਕਰਕੇ ਕੰਪਨੀ ਦੇ ਮਹੱਤਵਪੂਰਨ ਪਦਾਂ ਨੂੰ ਪ੍ਰਤੀਯੋਗੀ ਪ੍ਰੀਖਿਆ ਦੇ ਮਾਧਿਅਮ ਨਾਲ ਭਰਨ ਦੀ ਵਿਵਸਥਾ ਕੀਤੀ ਗਈ ਸੀ। ਹਾਂਜੀ ਕਿ ਹੋਇਆ ਕਿ ਪਹਿਲਾਂ ਜਿਹੜੇ ਉੱਚੇ ਅਹੁਦੇ ਸੀਗੇ ਠੀਕ ਹੈ ਜਾਂ ਉੱਚੇ ਪਦ ਸੀਗੇ ਉਹਨਾਂ ਉੱਪਰ ਜਿਹੜੀ ਨਿਯੁਕਤੀ ਸੀ ਨਾ ਉਹ ਨਿਰਦੇਸ਼ਕ ਮੰਡਲ ਬੋਰਡ ਆਫ ਡਾਇਰੈਕਟਰ ਕਾਉਂਡ ਆਫ ਡਾਇਰੈਕਟਰ ਦੇ ਕੇ ਦੀ ਇਹ ਸਪਰਸ਼ਣ ਤੌਰ ਤੇ ਕੀਤੀ ਜਾਂਦੀ ਸੀ। ਪਰ ਹੁਣ ਕੀ ਸੀ ਕਿ ਜਿਹੜੇ ਹੁਣ ਹੁਣ ਜਿਹੜੀ ਨਿਯੁਕਤੀ ਉਹ ਕਿਦੇ ਆਧਾਰ ਤੇ ਕੀਤੀ ਜਾਊਗੀ ਪ੍ਰਤੀਯੋਗੀ ਪ੍ਰੀਖਿਆ ਦੇ ਆਧਾਰ ਤੇ ਕੀਤੀ ਜਾਊਗੀ ਪਰ ਜਿਹੜਾ ਉਹਨਾਂ ਦਾ ਮਾਧਿਅਮ ਹੋਊਗਾ ਪਾਸ ਕਰਨ ਦਾ ਠੀਕ ਹੈ ਉਹ ਭਾਰਤੀ ਵੀ ਕਰ ਸਕਦੇ ਸੀਗੇ ਤੇ ਅੰਗਰੇਜ਼ ਤਾਂ ਕਰਦੇ ਸੀਗੇ ਤੇ ਉਹਨਾਂ ਜਿਹੜਾ ਮਾਧਿਅਮ ਹੋਊਗਾ ਉਹ ਹੋਊਗਾ ਅੰਗਰੇਜ਼ੀ ਮਾਧਿਅਮ ਵਿੱਚ ਉਹ ਉਹਨਾਂ ਨੂੰ ਪਾਸ ਕਰਕੇ ਪ੍ਰੀਖਿਆ ਨੂੰ ਪਾਸ ਕਰਕੇ ਕੀ ਸੀ ਉੱਚੇ ਅਹੁਦਿਆਂ ਤੇ ਨਿਯੁਕਤ ਹੋ ਸਕਦੇ ਸੀ ਭਾਰਤੀ ਵੀ ਅੱਗੇ ਹੈ ਪਹਿਲੀ ਵਾਰ ਸਿਵਲ ਸੇਵਾਵਾਂ ਦੇ ਸਿਵਲ ਸੇਵਾਵਾਂ ਵਿੱਚ ਭਾਰਤੀਆਂ ਨੂੰ ਸ਼ਾਮਲ ਕਰਨ ਦਾ ਪ੍ਰਬੰਧਨ ਕੀਤਾ ਗਿਆ ਹਾਂਜੀ ਇਹ ਵੀ ਬਹੁਤ ਮਹੱਤਵਪੂਰਨ ਪੁਆਇੰਟ ਹੈ ਕਿ ਪਹਿਲੀ ਵਾਰ ਕਦੋਂ ਸਿਵਲ ਸੇਵਾਵਾਂ ਵਿੱਚ ਭਾਰਤੀ ਨੂੰ ਸ਼ਾਮਲ ਕਰਨ ਦਾ ਪ੍ਰਾਵਧਾਨ ਕੀਤਾ ਗਿਆ ਸੀਗਾ 1853 ਵਿੱਚ ਤੁਸੀਂ ਉਹ ਪਹਿਲਾਂ ਆਪ ਕਮੇਟੀ ਵੀ ਪੜ੍ਹੀ ਆ ਕਿ ਮਕਰਲੇ ਕਮੇਟੀ ਜਿਹੜੀ ਭਾਰਤੀ ਸਿਵਲ ਸੇਵਾਵਾਂ ਦੇ ਸੰਬੰਧ ਵਿੱਚ ਨਿਯੁਕਤ ਕੀਤੀ ਗਈ ਸੀ 1857 ਵਿੱਚ ਇਹਦੇ ਨਾਲ ਹੀ ਜਿਹੜੀ ਆਪਣੀ ਅੱਜ ਦੀ ਇਹ ਕਲਾਸ ਹੈ ਇਹ ਸਮਾਪਤ ਹੁੰਦੀ ਹੈ ਹਾਂਜੀ ਉਮੀਦ ਕਰਦਾ ਤੁਹਾਨੂੰ ਵਧੀਆ ਸਮਝ ਆਈ ਹੋਊਗੀ ਜੇ ਤੁਹਾਨੂੰ ਵਧੀਆ ਸਮਝ ਆਈ ਆ ਤੁਹਾਨੂੰ ਪਸੰਦ ਆਈ ਇਹ ਕਲਾਸ ਆਪਣੀ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆਂ ਨੈਕਸਟ ਵੀਡੀਓ ਧੰਨਵਾਦ ਜੀ